ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੇਰਾ ਨਾਮ ਹੈ ਸੇਵਕ ਸਿੰਘ ਅਤੇ ਤੁਸੀਂ ਵੇਖ ਰਹੇ ਹੋ ਸੇਵਕ ਸਿੰਘ ਯੂਟਿਊਬ ਚੈਨਲ। ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਜੀ, ਜੋ ਆਪਣੇ ਖੇਤ ਮੋਟਰ ਲੱਗੀ ਹੁੰਦੀ ਆ ਪਾਣੀ ਵਾਲੀ, ਚਾਹੇ ਮੱਛੀ ਮੋਟਰ ਹੋਵੇ ਚਾਹੇ ਮੋਨੋ ਬਲਾਕ ਹੋਵੇ, ਉਸ ਉੱਪਰ ਇੱਕ ਸ਼ੰਟ ਕਪੈਸਟਰ ਲਗਾਇਆ ਜਾਂਦਾ, ਉਸ ਦਾ ਕੀ ਫਾਇਦਾ, ਕਿਉਂ ਆਪਾਂ ਨੂੰ ਲਗਾਉਣਾ ਚਾਹੀਦਾ, ਜਾਂ ਬਿਜਲੀ ਮਹਿਕਮਾ ਕਿਉਂ ਹਦਾਇਤ ਦਿੰਦਾ ਇਹ ਲਵਾਓ, ਜੇਕਰ ਤੁਹਾਡੇ ਇਹ ਲੱਗਾ ਹੋਇਆ ਪਹਿਲਾਂ ਤਾਂ ਉਸ ਨੂੰ ਇਹ ਚੈੱਕ ਕਿਵੇਂ ਕਰੀਏ ਕਿ ਇਹ ਕੰਮ ਕਰਦਾ ਹੈ ਜਾਂ ਨਹੀਂ, ਸਾਰਾ ਕੁਝ ਇਸ ਵੀਡੀਓ ਵਿੱਚ ਤੁਹਾਨੂੰ ਦੱਸਿਆ ਜਾਵੇਗਾ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਜੀ, ਬਿਜਲੀ ਮਹਿਕਮਾ ਕਿਉਂ ਹਦਾਇਤ ਦਿੰਦਾ, ਕਿਉਂਕਿ ਹਰ ਇੱਕ ਜੋ ਕੋਈ ਵੀ ਇੰਡਕਸ਼ਨ ਮੋਟਰ ਆ, ਇਹ ਇੰਡਕਸ਼ਨ ਮੋਟਰ ਦੇ ਵਿੱਚ ਆਉਂਦੀ ਆ ਮੱਛੀ ਚਾਹੇ ਮੋਨੋ ਬਲਾਕ, ਉਸਦਾ ਪਾਵਰ ਫੈਕਟਰ ਕਾਫੀ ਘੱਟ ਹੁੰਦਾ, ਜਿੰਨਾ ਚਿਰ ਤਾਂ ਉਹ ਕੰਪਨੀ ਦੀ ਬੈਂਡ ਕੀਤੀ ਹੁੰਦੀ ਆ ਅਤੇ ਉਸਦਾ ਜੋ ਪਾਵਰ ਫੈਕਟਰ ਹੈ ਉਹ ਕਾਫੀ ਸਹੀ ਹੁੰਦਾ, ਲੇਕਿਨ ਹੁੰਦਾ ਘੱਟ ਹੀ ਹੈ। ਪਰ ਜਦੋਂ ਆਪਾਂ ਦੂਸਰੀ ਵਾਰ ਰਿਵਾਇੰਡ ਕਰਾਉਂਦੇ ਹਾਂ ਮੋਟਰ ਨੂੰ ਅਤੇ ਕੁਛ ਡਾਟਾ ਚੇਂਜ ਹੋ ਜਾਂਦਾ, ਕੁਛ ਜੋ ਤਾਰ ਉਸਦੇ ਵਿੱਚ ਉਸਦੀ ਕੁਆਲਿਟੀ ਘੱਟ ਵੱਧ ਹੋ ਜਾਂਦੀ ਆ, ਤੋ ਜੋ ਉਸਦਾ ਪਾਵਰ ਫੈਕਟਰ ਉਹ ਕਾਫੀ ਘੱਟ ਜਾਂਦਾ ਵਾ, ਉਸ ਨੂੰ ਪੂਰਾ ਕਰਨ ਦੇ ਲਈ ਸ਼ੰਟ ਕਪੈਸਟਰ ਲਗਾਇਆ ਜਾਂਦਾ, ਅਤੇ ਜਦੋਂ ਇਹ ਪਾਵਰ ਫੈਕਟਰ ਘੱਟ ਜਾਂਦਾ ਤਾਂ ਜੋ ਗ੍ਰਿੱਡ ਹੈ ਜਾਂ ਟ੍ਰਾਂਸਫਾਰਮਰ ਆ ਜਾਂ ਇਹ ਤਾਰਾਂ, ਇਹਨਾਂ ਉੱਪਰ ਕਾਫੀ ਲੋਡ ਪੈਂਦਾ। ਇਸ ਲਈ ਇਸ ਨੂੰ ਇੰਪਰੂਵ ਕਰਨ ਲਈ ਗ੍ਰਿੱਡ ਉੱਪਰ ਲੋਡ ਨਾ ਪਵੇ, ਤਾਂ ਕਰਕੇ ਬਿਜਲੀ ਮਹਿਕਮਾ ਕਹਿੰਦਾ ਕਿ ਹਰ ਇੱਕ ਮੋਟਰ ਉੱਪਰ ਇਹ ਸ਼ੰਟ ਕਪੈਸਟਰ ਲੱਗਾ ਹੋਣਾ ਚਾਹੀਦਾ। 12.5 HP ਦੀ ਮੋਟਰ ਆ ਜੀ, ਜਿਸ ਉੱਪਰ ਆਪਾਂ ਅੱਜ 8 KVAR ਦਾ ਸ਼ੰਟ ਕਪੈਸਟਰ ਲਗਾਵਾਂਗੇ। ਹੈਵਲ ਕੰਪਨੀ ਦਾ ਹੈ ਜੀ, ਐਗਰੀ ਬੂਸਟ ਇਸਦਾ ਮਾਡਲ ਹੈ। ਇਹ ਜੋ ਮਾਡਲ ਹੈ ਤਕਰੀਬਨ 800 ਰੁਪਏ ਦਾ ਤੁਹਾਨੂੰ ਮਿਲ ਜਾਵੇਗਾ। ਇੱਕ LTLK ਦਾ ਆਉਂਦਾ, ਉਹ ਇਸ ਤੋਂ ਮਹਿੰਗਾ ਹੁੰਦਾ, ਜਾਂ ਕਲਸੀ ਦਾ ਆਉਂਦਾ, ਜਾਂ ਕਾਫੀ ਕੰਪਨੀਆਂ ਦੇ ਆਉਂਦੇ ਆ, ਜੋ ਤੁਹਾਨੂੰ ਚੰਗਾ ਲੱਗੇ ਤੁਸੀਂ ਉਹ ਲਗਾ ਸਕਦੇ ਆ। ਜੋ ਇਸ ਨਾਲ ਸਰਟੀਫਿਕੇਟ ਆਇਆ ਉਸ ਉੱਪਰ 22/6/2018 ਨੂੰ ਇਹ ਚੈੱਕ ਹੋਇਆ, ਜੋ ਇਸਦੀ ਟੈਸਟ ਰਿਪੋਰਟ ਆ। 50 frequency 'ਤੇ ਇਹ ਕੰਮ ਕਰਦਾ, ਕਨੈਕਸ਼ਨ ਇਸਦੇ ਡੈਲਟਾ ਦੇ ਵਿੱਚ ਆ, ਅਤੇ ਜੋ ਇਸਦਾ ਪ੍ਰੋਡਕਟ ਨੇਮ ਹੈ ਪਾਵਰ ਕਪੈਸਟਰ। ਰੇਟਿੰਗ ਇਸਦੀ ਹੈ ਜੀ 8 KVAR, 415 volt, ਨੋਰਮਲ ਡਿਊਟੀ, ਹੈਵੀ ਡਿਊਟੀ, ਨੋਰਮਲ ਡਿਊਟੀ, ਇਹ ਨੋਰਮਲ ਡਿਊਟੀ ਦੇ ਵਿੱਚ ਆਉਂਦੇ ਆ। ਜੋ ਇਸਦਾ ਵਿੱਚ 3 capacitor ਯੂਜ ਹੋਏ ਆ, 50-50 MFD ਦੇ, 50-50 UF ਦੇ 3 capacitor, ਤਕਰੀਬਨ ਉਹ 150 UF ਹੋ ਜਾਂਦਾ, ਪਰ ਉਸਦੇ ਜੋ ਕਨੈਕਸ਼ਨ ਆ ਉਹ ਡੈਲਟਾ ਦੇ ਵਿੱਚ ਆ। ਇਸ ਜਗ੍ਹਾ ਦੇ ਉੱਪਰ ਇੱਕ ਚਾਰਟ ਦੇ ਵਿੱਚ ਦੱਸਿਆ ਗਿਆ ਕਿ ਇਸ ਨੂੰ ਕਿੰਨੇ MM ਦੀ ਤਾਰ ਲੱਗਣੀ ਆ, ਪਰ ਆਪਾਂ ਨੂੰ ਤਾਰ ਦੀ ਜ਼ਰੂਰਤ ਨਹੀਂ, ਕਿਉਂਕਿ ਜੋ ਇਸ ਵਿੱਚੋਂ 3 ਤਾਰਾਂ ਨਿਕਲੀਆਂ ਆਪਾਂ ਉਹ ਹੀ ਲਗਾਵਾਂਗੇ। ਇਸ ਟਾਈਮ ਤੁਸੀਂ ਦੇਖੋ ਜੀ 330 volt ਆ ਰਹੇ ਆ ਅਤੇ 39 ampere ਦੇ ਕਰੀਬ ਮੋਟਰ ਲੈ ਰਹੀ ਆ। ਇਹ ਬਗੈਰ ਸ਼ੰਟ ਕਪੈਸਟਰ ਤੋਂ ਆ। ਬੋਪਾ ਰਾਏ ਦਾ ਇੱਥੇ ਪੈਨਲ ਲੱਗਾ, ਜੋ ਮੋਟਰ ਉਹ ਬਿਲਕੁਲ ਨਵੀਂ ਆ CRI ਦੀ। ਜੇ ਹੁਣ ਆਪਾਂ ਇਸ ਉੱਪਰ ਇਹ ਲਗਾਵਾਂਗੇ ਤਾਂ ਜੋ ਅੰਪੇਅਰ ਆ ਘੱਟ ਹੋਣਗੇ, ਪਰ ਜ਼ਿਆਦਾ ਨਹੀਂ ਹੋਣੇ, 3-4 ampere ਘੱਟ ਹੋ ਸਕਦੇ ਆ, ਕਿਉਂਕਿ ਮੋਟਰ ਕੰਪਨੀ ਬੈਂਡ ਆ। ਜੋ ਇਸਦਾ ਡਾਟਾ ਵਗੈਰਾ ਉਹ ਬਿਲਕੁਲ ਸਹੀ ਹੋਵੇਗਾ। ਬੇਸ਼ੱਕ ਮੋਟਰ ਆਪਣੀ ਨਵੀਂ ਆ, ਪਰ ਇਹ ਲਗਾਉਣਾ ਆਪਾਂ ਨੂੰ ਜ਼ਰੂਰੀ ਹੈ, ਕਿਉਂਕਿ ਇਹ ਜੋ ਪਾਵਰ ਫੈਕਟਰ ਉਹਨੂੰ ਬਿਲਕੁਲ ਸਹੀ ਇੰਪਰੂਵ ਕਰੇਗਾ ਹੀ ਕਰੇਗਾ। ਕੁਛ ਗੱਲਾਂ ਇੱਥੇ ਧਿਆਨ ਰੱਖਣ ਵਾਲੀਆਂ ਇਹ ਹਨ ਕਿ ਕਈ ਵਾਰ ਸ਼ੰਟ ਕਪੈਸਟਰ ਨੂੰ ਮੇਨ ਲਾਈਨ ਦੇ ਉੱਪਰ ਲਗਾ ਦਿੱਤਾ ਜਾਂਦਾ ਹੈ। ਮੇਨ ਲਾਈਨ ਮਤਲਬ ਜਿੱਥੋਂ ਗ੍ਰਿੱਪਾਂ ਦੇ ਵਿੱਚੋਂ ਸਪਲਾਈ ਆਈ ਉਸੇ ਉੱਤੇ, ਇਹ ਗਲਤ ਹੈ। ਇਸ ਨੂੰ ਜੋ ਲਗਾਉਣਾ ਹੈ, ਇਹ ਦੇਖੋ ਜੀ ਮੋਟਰ ਨੂੰ 2 ਕੇਬਲਾਂ ਜਾ ਰਹੀਆਂ,
ਕਿਉਂਕਿ ਸਟਾਰ ਅਤੇ ਡੈਲਟਾ ਇੱਥੇ ਪੈਨਲ ਲੱਗਾ ਹੋਇਆ। ਜੇ ਡੈਲਟਾ ਵਾਲਾ ਪੈਨਲ ਹੁੰਦਾ ਉਸ ਵਿੱਚ ਸਿਰਫ ਤਿੰਨ ਤਾਰਾਂ ਹੋਣੀਆਂ ਸੀ, ਸਿੰਗਲ ਕੇਬਲ। ਇਸ ਵਿੱਚ ਇਹ ਦੋ ਕੇਬਲਾਂ ਗਈਆਂ, ਇੱਕ ਸਟਾਰ ਅਤੇ ਇੱਕ ਡੈਲਟਾ। ਅਤੇ ਆਪਾਂ ਇਸ ਨੂੰ ਲਗਾਉਣਾ ਹੈ ਮੋਟਰ ਤੋਂ ਜੋ ਕੇਬਲਾਂ ਆ ਰਹੀਆਂ ਉਸ ਸਾਈਡ, ਦੋ ਕੇਬਲਾਂ ਦੇ ਉੱਪਰ, ਜਿਸ ਉੱਪਰ ਮਰਜ਼ੀ ਤੁਸੀਂ ਲਗਾ ਸਕਦੇ ਹਾਂ। ਮੈਂ ਤੁਹਾਨੂੰ ਦੋਹਾਂ ਉੱਪਰ ਹੀ ਲਗਾ ਕੇ ਦਿਖਾਊਂਗਾ, ਅੰਪੇਅਰ ਵੀ ਦਿਖਾਊਂਗਾ ਕਿ ਕੀ ਕੋਈ ਫਰਕ ਪੈਂਦਾ। ਪਰ ਇਸ ਵਿੱਚ ਇਹੋ ਜਿਹਾ ਕੋਈ ਫਰਕ ਨਹੀਂ ਪਵੇਗਾ, ਕਿਉਂਕਿ ਜਦੋਂ ਕੋਈ ਵੀ ਮੋਟਰ ਪਹਿਲਾਂ ਸਟਾਰ ਦੇ ਵਿੱਚ ਅਤੇ ਸਟਾਰ ਤੋਂ ਬਾਅਦ ਡੈਲਟਾ ਦੇ ਵਿੱਚ ਹੋ ਜਾਂਦੀ ਆ, ਅਤੇ ਇਹ ਜੋ ਦੋਨੋਂ ਕੇਬਲਾਂ ਤੁਸੀਂ ਦੇਖ ਰਹੇ ਹੋ ਇੱਕੋ ਥਾਂ ਹੀ ਲੱਗ ਜਾਂਦੀਆਂ, ਜੋ ਪੁਆਇੰਟ ਇਹਨਾਂ ਦੇ ਇੱਕੇ ਥਾਂ ਜੁੜ ਜਾਂਦੇ ਆ। ਅਤੇ ਤਾਂ ਕਰਕੇ ਤੁਸੀਂ ਇਹ ਕਿਸੇ ਵੀ ਕੇਬਲ 'ਤੇ ਜੋ ਮੋਟਰ ਵਾਲੇ ਸਾਈਡ ਤੋਂ ਆ ਰਹੀਆਂ ਦੋਵਾਂ 'ਤੇ ਲਗਾ ਸਕਦੇ ਹੋ, ਕਿਸੇ ਵੀ ਕੇਬਲ 'ਤੇ। ਪਹਿਲਾਂ ਆਪਾਂ ਇਸ ਸਾਈਡ ਲਗਾਵਾਂਗੇ ਜੀ, ਜੋ ਇਹ ਕੰਟੈਕਟਰ ਹੈਗਾ ਇਸ ਉੱਪਰ ਇਹ ਆਪਾਂ ਲਗਾਵਾਂਗੇ ਸ਼ੰਟ ਕੰਪੈਕਟਰ। ਇਸ ਦਾ ਕੋਈ ਨੈਗੇਟਿਵ ਅਤੇ ਪੋਜ਼ਿਟਿਵ ਨਹੀਂ ਹੁੰਦਾ, ਤਿੰਨ ਤਾਰਾਂ ਤਿੰਨ ਫੇਜ ਆ, ਤੁਸੀਂ ਕਿਸੇ ਮਰਜ਼ੀ 'ਤੇ ਲਗਾ ਸਕਦੇ ਆ। ਜਿਵੇਂ ਕਿ ਪਹਿਲਾਂ ਤਾਂ ਇੱਥੇ ਹੈ ਨਾ ਕਿ ਪੀਲਾ, ਨੀਲਾ ਅਤੇ ਲਾਲ, ਪਰ ਇਸ ਉੱਪਰ ਕੋਈ ਨਹੀਂ, ਇਹ ਟੰਗਣ ਵਾਸਤੇ ਬਣਿਆ ਜੀ। ਗੱਟੀ ਲਗਾ ਕੇ ਆਪਾਂ ਇਸ ਨੂੰ ਟੰਗ ਸਕਦੇ ਹਾਂ, ਪਰ ਮੈਂ ਤੁਹਾਨੂੰ ਇੱਕ ਵਾਰੀ ਟੈਂਪਰੇਰੀ ਇਸ ਨੂੰ ਲਗਾ ਕੇ ਦਿਖਾਉਣਾ। ਤਿੰਨੇ ਜੋ ਤਾਰਾਂ ਹਨ ਇਹ ਤਕਰੀਬਨ 2.5 mm ਦੀ ਤਾਰ ਇਸ ਦੇ ਵਿੱਚੋਂ ਨਿਕਲੀ ਹੋਈ ਆ ਕੰਪੈਸਟਰ ਦੇ ਵਿੱਚੋਂ ਹੀ, ਕਈਆਂ ਨੂੰ ਇਹ ਨਹੀਂ ਵੀ ਆਉਂਦੀਆਂ। ਅਤੇ ਜੇ ਨਹੀਂ ਆਉਂਦੀਆਂ ਤਾਂ ਉਸਨੂੰ ਘੱਟੋ ਘੱਟ ਤੁਸੀਂ 2.5 mm ਦੀ ਤਾਰ ਜ਼ਰੂਰ ਲਾਓ, ਜੇ ਤੁਸੀਂ 8 kVAR ਦਾ ਲਗਾਉਣਾ। ਤਾਂ ਉਸ ਤੋਂ ਬਾਅਦ ਆਪਾਂ ਗ੍ਰਿਪ ਲਗਾ ਕੇ ਮੋਟਰ ਨੂੰ ਚਲਾ ਕੇ ਦੇਖਦੇ ਹਾਂ ਕਿ ਕਿੰਨੇ ਅੰਪੇਅਰ ਘੱਟ ਹੋਏ ਆ। ਇੱਥੇ ਹੁਣ ਆਪਣੀ ਕਈ ਵਾਰੀ ਇਹ ਸੋਚ ਹੋ ਜਾਂਦੀ ਆ ਕਿ ਜੇ ਆਪਾਂ ਲਗਾਇਆ ਇਹ 8 kVAR ਦਾ 12 ਦੀ ਮੋਟਰ 'ਤੇ, ਤਾਂ ਆਪਾਂ ਕਿਉਂ ਨਾ ਇੱਥੇ 12 ਦਾ ਹੀ ਲਗਾ ਦਈਏ, 12 ਦਾ ਹੀ ਲਗਾ ਦਈਏ। ਪਰ ਨਹੀਂ, ਇਸ ਤਰ੍ਹਾਂ ਨਹੀਂ ਹੋਵੇਗਾ। ਜੇ ਤੁਸੀਂ 12 HP ਦੀ ਮੋਟਰ 'ਤੇ 12 ਦਾ ਲਗਾਇਆ ਤਾਂ ਅੰਪੇਅਰ ਬਹੁਤ ਜ਼ਿਆਦਾ ਹੋ ਜਾਣਗੇ, ਇਹ ਉਲਟ ਕੰਮ ਕਰਨ ਲੱਗੇਗਾ। 340 volt ਇਹ ਹੈ ਜੀ ਹੁਣ ਸਟਾਰ ਦੇ ਵਿੱਚ ਮੋਟਰ ਚੱਲ ਰਹੀ। ਇਸ ਤੋਂ ਬਾਅਦ ਡੈਲਟਾ 24 ਜੀ, ਸਟਾਰ ਦੇ ਵਿੱਚ ਅੰਪੇਅਰ ਹਮੇਸ਼ਾ ਘੱਟ ਹੁੰਦੇ ਆ। ਇਹ ਦੇਖੋ ਜੀ ਡੈਲਟਾ ਦੇ ਵਿੱਚ ਹੋ ਚੁੱਕੀ ਆ, ਅਤੇ ਪਹਿਲਾਂ ਇੱਥੇ 39 ampere ਸੀ, ਉਹ 35 ਰਹਿ ਗਏ ਆ, ਤਕਰੀਬਨ ਇਹ 4 ampere ਘੱਟ ਚੁੱਕੇ ਆ, ਕਿਉਂਕਿ ਕੰਪਨੀ ਬ੍ਰਾਂਡ ਮੋਟਰ ਆ, ਇਸ ਲਈ 4 ampere ਹੀ ਘੱਟ ਹੋਏ ਆ। ਹੁਣ ਉਸ ਤੋਂ ਬਾਅਦ ਆਪਾਂ ਜੀ ਦੂਸਰੇ ਉੱਪਰ ਲਗਾਇਆ, ਜੋ ਦੂਸਰਾ ਕੰਟੈਕਟਰ ਸੀ ਪਹਿਲਾਂ ਇਸ ਉੱਪਰ ਸੀ, ਉਸ ਤੋਂ ਬਾਅਦ ਆਪਾਂ ਦੂਸਰੇ ਉੱਪਰ ਲਗਾਇਆ ਇਸ ਉੱਪਰ, ਆਹ ਦੇਖੋ ਜੀ। ਅਤੇ ਹੁਣ ਵੀ ਮੈਂ ਤੁਹਾਨੂੰ ਚਲਾ ਕੇ ਮੋਟਰ ਦਿਖਾ ਦਿੰਦਾ ਕਿ ਕੀ ਕੋਈ ਫਰਕ ਪਿਆ ਜਾਂ ਨਹੀਂ ਪਿਆ। ਆਪਾਂ ਲਗਾਉਣ ਤੋਂ ਬਾਅਦ ਚਲਾ ਕੇ ਦੇਖ ਲੈਂਦੇ ਹਾਂ ਜੀ, ਹੁਣੇ ਜੋ ਕੋਈ ਰਿਜ਼ਲਟ ਹੋਇਆ ਤੁਹਾਡੇ ਸਾਹਮਣੇ ਹੋਵੇਗਾ। ਪਹਿਲਾਂ ਮੋਟਰ ਸਟਾਰ ਦੇ ਵਿੱਚ ਚੱਲੀ ਆ, ਅੰਪੇਅਰ ਪਹਿਲਾਂ ਨਾਲੋਂ ਥੋੜ੍ਹੇ ਘੱਟ ਹਨ, ਲੇਕਿਨ ਜਦੋਂ ਡੈਲਟਾ ਦੇ ਵਿੱਚ ਹੋਵੇਗੀ ਤਾਂ ਅੰਪੇਅਰ ਉਹੀ 35-36 ਆ ਰਹੇ ਆ। ਮੈਂ ਸਿਰਫ ਤੁਹਾਨੂੰ ਦਿਖਾਉਣਾ ਸੀ ਕਿ ਕਿਸੇ ਵੀ ਤੁਸੀਂ ਕੇਬਲ ਵਿੱਚ ਇਸ ਨੂੰ ਲਗਾ ਸਕਦੇ ਹਾਂ। ਇਹ ਤਾਂ ਸੀ ਜੀ ਨਵਾਂ ਸ਼ੰਟ ਕੰਪੈਕਟਰ। ਹੁਣ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਜੀ, ਜੇ ਕੋਈ ਤੁਹਾਡਾ ਪੁਰਾਣਾ ਪਹਿਲਾਂ ਲੱਗਾ ਹੋਇਆ ਉਸ ਨੂੰ ਆਪਾਂ ਕਿਵੇਂ ਚੈੱਕ ਕਰੀਏ ਕਿ ਸਹੀ ਹੈ ਜਾਂ ਗਲਤ ਹੈ, ਕਿਉਂਕਿ ਇਸ ਵਿੱਚ ਕੋਈ ਮਕੈਨੀਕਲ ਪੁਰਜੇ ਤਾਂ ਹੁੰਦੇ ਨਹੀਂ। ਜਿਵੇਂ ਟਰੈਕਟਰ ਆ ਕੇ ਉਸ ਵਿੱਚ ਮਗਲੈਲ ਨਹੀਂ ਪਾਇਆ ਅਤੇ ਉਸਦਾ ਗੇਅਰ ਆਵਾਜ਼ ਦੇਣ ਲੱਗ ਗਿਆ, ਇਹ ਇੱਕ ਬਿਲਕੁਲ ਸੋਲਡ ਸਟੇਟ ਆ, ਕੋਈ ਉਸਨੇ ਆਵਾਜ਼ ਨਹੀਂ ਦੇਣੀ। ਜਦੋਂ ਇਹ ਡੈਡ ਹੋ ਗਿਆ ਉਸ ਤੋਂ ਬਾਅਦ ਬਸ। ਕਈ ਵਾਰੀ ਆਪਾਂ ਅੰਦਾਜ਼ੇ ਨਾਲ ਕਹਿ ਦਿੰਦੇ ਹਾਂ ਪੁੱਠਾ ਹੱਥ ਲਗਾ ਕੇ ਕਿ ਇਹ ਗਰਮ ਹੋ ਰਿਹਾ ਸਹੀ ਹੋਵੇਗਾ, ਲੇਕਿਨ ਇਹ ਤਰੀਕਾ ਸਹੀ ਨਹੀਂ ਗਾ। ਸਹੀ ਤਰੀਕਾ ਕੀ ਆ ਕਿ ਤੁਹਾਡੇ ਪਿੰਡ ਦੇ ਵਿੱਚ
ਬਿਜਲੀ ਦਾ ਕੰਮ ਕਰਨ ਵਾਲਾ ਕੋਈ ਨਾ ਕੋਈ ਆਦਮੀ ਜ਼ਰੂਰ ਹੋਵੇਗਾ ਮਕੈਨਿਕ, ਉਸ ਤੋਂ ਇਹ ਅੰਪੇਅਰ ਮੀਟਰ ਲਿਆਓ, ਕਿਉਂਕਿ ਹਰ ਇੱਕ ਮਕੈਨਿਕ ਕੋਲ ਇਹ ਹੁੰਦਾ, ਕਲੰਪ ਮੀਟਰ ਇਸ ਨੂੰ ਕਹਿ ਦਿੰਦੇ ਆ। ਅਤੇ ਜਿਵੇਂ ਆਪਾਂ ਸ਼ੰਟ ਕਪੈਸਟਰ ਲਗਾਇਆ 8 KVAR ਦਾ ਹੈਗਾ, ਇਸ ਦੀਆਂ 3 ਤਾਰਾਂ ਜਾ ਰਹੀਆਂ ਮੋਟਰ ਤੱਕ, ਜੋ ਸਟਾਰਟਰ ਆ ਉਸ ਤੱਕ, 3 ਤਾਰਾਂ ਦੇ ਵਿੱਚ 8-8 ਅੰਪੇਅਰ ਆਉਣੇ ਚਾਹੀਦੇ ਆ। ਜਿਵੇਂ ਆਹ ਦੇਖੋ ਜੀ, 8 ਅੰਪੇਅਰ ਆ ਰਹੇ ਆ, ਦੂਜੀ 'ਚ ਵੀ 8, ਤੀਜੀ 'ਚ ਵੀ 8, 3 ਫੇਜ਼ਾਂ ਦੀਆਂ 3 ਤਾਰਾਂ ਦੇ ਵਿੱਚ 8-8 ਅੰਪੇਅਰ ਆਉਣੇ ਚਾਹੀਦੇ ਆ। ਮੰਨ ਲਓ ਕਿਤੇ 1 ਸਾਲ ਬਾਅਦ ਇਹ ਖਰਾਬ ਹੁੰਦਾ, ਜੇ ਤਾਂ ਕਿਸੇ ਦੇ ਵਿੱਚ 6 ਅੰਪੇਅਰ ਆ ਰਹੇ ਆ, ਕਿਸੇ 'ਚ ਆ ਰਹੇ ਆ 8, ਜਾਂ ਕਿਸੇ 'ਚ 4 ਆ ਰਹੇ ਆ, ਕਿਸੇ 'ਚ 8 ਆ ਰਹੇ ਆ, ਕਿਸੇ 6 ਆ ਰਹੇ ਆ, ਅਤੇ ਇਹ ਜੋ ਤੁਹਾਡਾ ਸ਼ੰਟ ਕਪੈਸਟਰ ਆ ਇਹ ਖਰਾਬ ਆ, ਅਤੇ ਇਸ ਨੂੰ ਤੁਸੀਂ ਨਵਾਂ ਲਗਾ ਦਿਓ, ਤੁਸੀਂ ਇਹ ਨਾ ਸੋਚੋ ਕਿ ਸਾਨੂੰ ਬਿਜਲੀ ਮਹਿਕਮਾ ਜੁਰਮਾਨਾ ਪਾਵੇਗਾ ਇਸ ਲਈ ਅਸੀਂ ਇਹ ਨਵਾਂ ਲਗਾ ਰਹੇ ਹਾਂ। ਇਸ ਵਿੱਚ ਆਪਣਾ ਵੀ ਫਾਇਦਾ, ਕਿਉਂਕਿ ਇਹ ਮੋਟਰ ਨੂੰ 3 ਫੇਜ਼ਾਂ ਨੂੰ 1 ਸਹੀ ਕਰਦਾ, ਅਤੇ ਜੋ ਮੋਟਰ ਦਾ ਪਾਵਰ ਫੈਕਟਰ ਆ ਉਹ ਪੂਰਾ ਕਰਦਾ। ਇਸ ਲਈ ਇਸ ਵਿੱਚ ਆਪਣਾ ਵੀ ਫਾਇਦਾ, ਜਿਸ ਦੇ ਨਾਲ ਸਾਰਾ ਕੁਝ ਸਹੀ ਹੋਣ ਦੇ ਨਾਲ ਆਪਣੀ ਮੋਟਰ ਹੈ ਸੜਨ ਤੋਂ ਬਚੀ ਰਹਿੰਦੀ ਆ। ਉਸ ਤੋਂ ਬਾਅਦ ਇਹ ਆ ਜੀ, ਕਿੰਨਾ ਲਗਾਉਣਾ ਚਾਹੀਦਾ ਆਪਾਂ ਨੂੰ। ਮੰਨ ਲਓ ਤੁਹਾਡੇ ਕੋਲ 10 HP ਦੀ ਮੋਟਰ ਹੈ, ਮੋਨੋਬਲਾਕ ਜਾਂ ਸਮਰਸੀਬਲ, ਉਸ ਉੱਪਰ ਘੱਟੋ ਘੱਟ ਜੀ ਤੁਸੀਂ 6 ਦਾ ਲਗਾ ਸਕਦੇ ਆ, 5 ਜੇ ਤਾਂ ਵੋਲਟੇਜ ਬਿਲਕੁਲ ਪੂਰੇ ਆਉਂਦੇ ਆ 400 V ਦੇ ਕਰੀਬ, 5 ਦਾ ਲਗਾ ਦਿਓ। ਜੇ ਵੋਲਟੇਜ ਘੱਟ 300-325 ਆ, ਫਿਰ 6 ਦਾ ਲਗਾ ਸਕਦੇ ਆ। ਅਤੇ ਜਿੰਨੇ HP ਦੀ ਮੋਟਰ ਆ ਉਨੇ KVAR ਦਾ ਇਹ ਕਦੇ ਵੀ ਨਹੀਂ ਲਗਾਉਣਾ। ਹਾਂ ਇਹ ਹੈਗਾ ਵੀ ਜੇ ਅੱਧ ਤੋਂ ਥੋੜ੍ਹਾ ਜਿਹਾ ਵੱਧ ਕਰ ਸਕਦੇ ਤੁਸੀਂ 1 ਜਾਂ 2 ਪੁਆਇੰਟ। ਇੱਥੇ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਾਂ ਕਿ ਇਸ ਦੇ ਲਗਾਉਣ ਦੇ ਨਾਲ ਮੋਟਰ ਦਾ ਤੁਹਾਡਾ ਪਾਣੀ ਆ ਉਨਾ ਹੀ ਰਹੇਗਾ, ਇਹ ਜ਼ਿਆਦਾ ਨਹੀਂ ਕੱਢੇਗਾ, ਕਿਉਂਕਿ ਇਹ ਵੋਲਟੇਜ ਨਹੀਂ ਵਧਾਉਂਦਾ, ਇਹ ਸਿਰਫ 3 ਫੇਜ਼ ਇੱਕੋ ਜਿਹੇ ਕਰਕੇ ਆਪਣੀ ਮੋਟਰ ਨੂੰ ਸੜਨ ਤੋਂ ਬਚਾਉਂਦਾ 1 ਸਾਰ ਅੰਪੇਅਰ ਦੇ ਕੇ। ਦੂਸਰਾ ਇਹ ਆ, ਜੋ ਟਰਾਂਸਫਾਰਮਰ ਆ ਜੇ ਸਾਰੀਆਂ ਮੋਟਰਾਂ ਦੇ ਉੱਪਰ ਲੱਗਾ ਰਹੇਗਾ ਤਾਂ ਟਰਾਂਸਫਾਰਮ ਵੀ ਘੱਟ ਗਰਮ ਹੋਵੇਗਾ। ਇਹ ਹੀ ਇਹਦੇ ਫਾਇਦੇ ਆ, ਬਿਜਲੀ ਮਹਿਕਮੇ ਤੋਂ ਆਪਾਂ ਨੂੰ ਜੁਰਮਾਨੇ ਤੋਂ ਬਚੇ ਰਹਾਂਗੇ। ਅੱਜ ਦੀ ਵੀਡੀਓ ਇੰਨੀ ਸੀ, ਇਹੋ ਜਿਹੀਆਂ ਵੀਡੀਓ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ।